ਛੱਡ ਕੇ ਗਏ ਆ ਤੇਰੇ ਵਹਿਮ ਹਰ ਬਾਰ, ਸੁਣਨ ਨਲ ਕਰੇ ਤੇਰਾ ਕੰਬੂ ਦਰਬਾਰ, ਕੱਢ ਕੇ ਗਏ ਆ ਤੇਰੇ ਵਹਿਮ ਹਰ ਬਾਰ, ਸੁਣਨ ਨਲ ਕਰੇ ਤੇਰਾ ਕੰਬੂ ਦਰਬਾਰ, ਸੌਖੇ ਕਿੱਥੋਂ ਦੱਬ ਹੋਣੇ ਆ, ਬਾਜਾਂ ਵਾਲੇ ਦੇ ਸਿਪਾਹੀ ਆਏ ਆ, ਦਿੱਲੀ ਏ ਨੀ ਦਿੱਲੀ ਏ ਨੀ ਦਿੱਲੀ ਏ ਨੀ, ਡੱਕ ਲੈ ਜੇ ਡੱਕ ਹੁੰਦੇ ਆ ਤੇਰੇ ਬਣ ਕੇ ਜਵਾਈ ਆਏ ਆ, ਦਿੱਲੀ ਏ ਨੀ ਡੱਕ ਲੈ ਜੇ ਡੱਕ ਹੁੰਦੇ ਆ, ਉਹ ਤੇਰੇ ਬਣ ਕੇ ਜਵਾਈ ਆਏ ਆ, ਬੈਰੀਗੇਟ ਕਿੱਥੋਂ ਨੋਕ ਲੈਣਗੇ, ਸ਼ੇਰੇ ਪੰਜਾਬੋਂ ਆਏ ਆ, ਤੁਹਾਡੇ ਪੁੱਤਾਂ ਦੇ ਗਲਾਂ ਚ ਨੇ ਪਵਾਉਣ ਜੋ ਉਹਨਾਂ ਹੀ ਮਾਵਾਂ ਦੇ ਜਾਏ ਆ, ਦਰਿਆਵਾਂ ਵਿੱਚੋਂ ਰਾਹ ਬਣ ਗਏ ਹੱਲ ਕੱਢਣੇ ਸਥਾਈ ਆਏ ਆ, ਦਿੱਲੀ ਏ ਨੀ ਦਿੱਲੀ ਏ ਨੀ ਦਿੱਲੀ ਏ ਨੀ ਡੱਕ ਲੈ ਜੇ ਡੱਕ ਹੁੰਦੇ ਆ, ਤੇਰੇ ਬਣ ਕੇ ਜਵਾਈ ਆਇਆ ਹੋ। ਕਿਸਾਨ ਅੰਦੋਲਨ 'ਚ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਇੱਥੇ ਪਹੁੰਚੇ ਨੌਜਵਾਨਾਂ ਨੂੰ ਉਤਸ਼ਾਹਿਤ ਅਤੇ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ। ਹਮੇਸ਼ਾ ਤੋਂ ਪਿਛਲੇ ਅੰਦੋਲਨ ਦੀ ਵੀ ਚਾਹੇ ਗੱਲ ਕਰੀਏ ਚਾਹੇ ਐਤਕੀ ਗੱਲ ਕਰੀਏ, ਗਾਇਕ ਜਿਹੜੇ ਨੇ ਪਿਛਲੀ ਵਾਰ ਕਈ ਗਾਇਕ ਸਾਹਮਣੇ ਆਏ ਪਰ ਇਸ ਵਾਰ ਰੇਸ਼ਮ ਮਨਮੋਹ ਸਭ ਤੋਂ ਪਹਿਲਾਂ ਸਾਹਮਣੇ ਆਏ ਅਤੇ ਇੱਕ ਗਾਣਾ ਗਾਇਆ ਉਹਨਾਂ ਨੇ, ਪਰ ਹੁਣ ਇੱਕ ਹੋਰ ਨੌਜਵਾਨ ਗਾਇਕ ਹੈ ਜਿਹੜਾ ਉਹ ਇੱਕ ਗਾਣਾ ਲੈ ਕੇ ਆਇਆ ਖਾਸ ਕਰ ਇਸੇ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ। ਵੀਰ ਕੀ ਨਾਮ ਹੈ ਤੁਹਾਡਾ ਔਰ ਕੀ ਕੁਝ ਲਾਈਨਾਂ ਜਿਹੜੀਆਂ ਨੇ ਕਿਸਾਨੀ ਅੰਦੋਲਨ ਨਾਲ ਜੁੜੀਆਂ ਤੁਹਾਡੇ ਜ਼ਿਹਨ ਚੱਲ ਰਹੀਆਂ? ਜੀ ਜੀ, ਸੋ ਨਾਮ ਮੇਰਾ ਰੋਬਨ ਬੱਲ ਹੈ ਜੀ। ਸੋ ਕਿਸਾਨੀ ਇੱਕ ਉਹ ਚੀਜ਼ ਕਿੱਤਾ ਹੈ, ਕਿੱਤਾ ਦਾ ਆਪਾਂ ਨਹੀਂ ਕਹਿ ਸਕਦੇ, ਧਰਮ ਹੀ ਹੈ ਇੱਕ ਹਿਸਾਬ ਦਾ ਬੰਦੇ ਦਾ ਨਾ, ਕਿਉਂਕਿ ਜਦੋਂ ਬੰਦਾ ਖੇਤੀ ਕਰਦਾ ਹੈ ਤਾਂ ਜ਼ਮੀਨ ਨੂੰ ਆਪਣੀ ਮਾਂ ਸਮਝ ਕੇ ਕਰਦਾ ਹੈ, ਅਤੇ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਜੋ ਚਾਹੀਦਾ ਹੱਕ ਹੈ ਉਹ ਉਹਨਾਂ ਨੂੰ ਦਿੱਤਾ ਜਾਵੇ। ਜਿਵੇਂ ਕਿ ਪਿਛਲੀ ਵਾਰ ਹੋਇਆ, ਪਿਛਲੀ ਵਾਰ 2020 'ਚ ਧਰਨਾ ਲੱਗਾ ਸੀ ਅਤੇ ਉਸਦਾ ਸਿੱਟਾ ਇਹ ਨਿਕਲਿਆ ਸੀ ਕਿ ਜੋ ਮੰਗਾਂ ਸੀ ਕਿ ਆਪਾਂ ਕਮੇਟੀ ਬਿਠਾਉਂਦੇ ਹਾਂ ਜੀ, ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਬਟ ਹੁਣ 2 ਸਾਲ ਲਗਭਗ ਹੋ ਗਏ ਨੇ ਅਤੇ ਹਜੇ ਵੀ ਉਹੀ ਚੀਜ਼ਾਂ ਕਿਸਾਨ ਭਾਈ ਨੇ ਫੇਸ ਕਰ ਰਹੇ ਨੇ, ਜਾ ਕੇ ਮੁੱਲ ਨਹੀਂ ਮਿਲ ਰਿਹਾ ਉਹਨਾਂ ਨੂੰ ਅਤੇ ਕਰਜ਼ਾ ਹੋਰ ਚੜ੍ਹੀ ਜਾਂਦਾ ਹੈ। ਅੰਦੋਲਨ ਸ਼ੁਰੂ ਹੋ ਗਿਆ, ਹਾਲਾਂਕਿ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ, ਤਾਂ ਇਸ ਅੰਦੋਲਨ ਨੂੰ ਉਤਸ਼ਾਹਿਤ ਕਰਨ ਦੇ ਲਈ ਕਿਹੜੀਆਂ ਲਾਈਨਾਂ ਜਿਹੜੀਆਂ ਨੇ, ਕਿਹੜਾ ਗਾਣਾ ਤੁਸੀਂ ਗਾਇਆ ਨੌਜਵਾਨਾਂ ਨੂੰ ਨਾਲ ਜੋੜਨ ਲਈ? ਗਾਣਾ ਕੱਢ ਕੇ ਗਏ ਆ ਤੇਰੇ ਵਹਿਮ ਹਰ ਬਾਰ, ਸੁਣਨ ਨਲ ਕਰੇ ਤੇਰਾ ਕੰਬੂ ਦਰਬਾਰ, ਕੱਢ ਕੇ ਗਏ ਆ ਤੇਰੇ ਵਹਿਮ ਹਰ ਬਾਰ, ਸੁਣਨ ਨਲ ਕਰੇ ਤੇਰਾ ਕੰਬੂ ਦਰਬਾਰ, ਸੌਖੇ ਕਿੱਥੋਂ ਦੱਬ ਹੋਣੇ ਆ, ਬਾਜਾਂ ਵਾਲੇ ਦੇ ਸਿਪਾਹੀ ਆਏ ਆ, ਦਿੱਲੀ ਏ ਨੀ ਦਿੱਲੀ ਏ ਨੀ ਦਿੱਲੀ ਏ ਨੀ, ਡੱਕ ਲੈ ਜੇ ਡੱਕ ਹੁੰਦੇ ਆ ਤੇਰੇ ਬਣ ਕੇ ਜਵਾਈ ਆਏ ਆ, ਦਿੱਲੀ ਏ ਨੀ ਡੱਕ ਲੈ ਜੇ ਡੱਕ ਹੁੰਦੇ ਆ, ਉਹ ਤੇਰੇ ਬਣ ਕੇ ਜਵਾਈ ਆਏ ਆ, ਬੈਰੀਗੇਟ ਕਿੱਥੋਂ ਨੋਕ ਲੈਣਗੇ, ਸ਼ੇਰੇ ਪੰਜਾਬੋਂ ਆਏ ਆ, ਤੁਹਾਡੇ ਪੁੱਤਾਂ ਦੇ ਗਲਾਂ ਚ ਨੇ ਪਵਾਉਣ ਜੋ ਉਹਨਾਂ ਹੀ ਮਾਵਾਂ ਦੇ ਜਾਏ ਆ, ਦਰਿਆਵਾਂ ਵਿੱਚੋਂ ਰਾਹ ਬਣ ਗਏ ਹੱਲ ਕੱਢਣੇ ਸਥਾਈ ਆਏ ਆ, ਦਿੱਲੀ ਏ ਨੀ ਦਿੱਲੀ ਏ ਨੀ ਦਿੱਲੀ ਏ ਨੀ, ਡੱਕ ਲੈ ਜੇ ਡੱਕ ਹੁੰਦੇ ਆ ਤੇਰੇ ਬਣ ਕੇ ਜਵਾਈ ਆਇਆ ਹੋ। ਤਾਂ ਨੌਜਵਾਨਾਂ ਨੂੰ ਉਤਸ਼ਾਹਿਤ, ਕਿਉਂਕਿ ਜਿੱਦਾਂ ਕਹਿੰਦੇ ਹੈ ਕਿ ਹਾਲਾਂਕਿ ਪੰਜਾਬੀਆਂ ਦਾ ਸੁਭਾਅ
ਕਿ ਸਮਾਂ ਕੈਸਾ ਵੀ ਹੋਵੇ ਉੱਥੇ ਗਾਇਕੀ ਜਾਂ ਇਸ ਤਰ੍ਹਾਂ ਦਾ ਰੰਗ ਲੈ ਆਉਂਦੇ ਆ ਤਾਂ ਕਿਸਾਨੀ ਅੰਦੋਲਨ ਦੇ ਦੌਰਾਨ ਐਸੇ ਰੰਗ ਦੇਖਣ ਨੂੰ ਮਿਲਦੇ ਆ ਕਿ ਕਿਵੇਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਕੇ ਨਾਲ ਜੋੜਨਾ ਤਾਂ ਇਹ ਇੱਕ ਆਪਣੇ ਅੰਦਾਜ਼ ਦੇ ਨਾਲ ਇਸ ਨੌਜਵਾਨ ਗਾਇਕ ਨੇ ਕੋਸ਼ਿਸ਼ ਕੀਤੀ ਹੈ।